ਲਓ ਜਨਾਬ, ਜਿਵੇਂ ਸ਼ਿਫਟ ਸਟਾਰਟ ਕੀਤੀ ਬਾਈਕ ਤੋਂ ਤੇਲ ਪਾਉਣ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਆਪਣਾ ਤੇਲ ਰਹਿੰਦਾ ਲਿਆਦਾ, ਇੱਕ ਬੋਤਲ ਪਾਣੀ ਵਾਲੀ, ਇੱਕ ਚਾਹ ਦਾ ਕੱਪ ਅਤੇ ਇੱਕ ਨਾਲ ਉਹ ਵੱਡਾ ਬਿਸਕੁਟ ਲੈਣ ਤੋਂ ਬਾਅਦ ਮੈਂ ਜਿੱਥੇ ਸਿਟਿੰਗ ਏਰੀਏ 'ਤੇ ਆਇਆ ਅਤੇ ਅੱਗੇ ਪੇਸਟਰੀ ਪਈ ਸੀ ਲਿਆਦਾ, ਉਹਨੂੰ ਮੈਂ ਕੁੱਦ ਕੇ ਪਿਆ ਕਿ ਜਿਵੇਂ ਬੜੇ ਰਸ਼ ਹੈ, ਲੇਕਿਨ ਰਸ਼ ਕੋਈ ਨਹੀਂ ਸੀ। ਕੁੱਦ ਕੇ ਪੈਣ ਦੀ ਵਜ੍ਹਾ ਇੱਕੋ ਹੀ ਸੀ ਕਿ ਮੇਰੀ ਕਮਜ਼ੋਰੀ ਹੈ ਮਿੱਠਾ, ਮੈਂ ਜਿੱਥੇ ਵੀ ਬਹਿੰਦਾ ਮੈਂ ਇਹਨੂੰ ਕੁੱਦ ਕੇ ਪੈ ਜਾਂਦਾ ਵਾਂ, ਭਾਵੇਂ ਉਹ ਚਾਰ ਬੰਦੇ ਹੋਣ ਅਤੇ ਭਾਵੇਂ ਮੈਂ ਇਕੱਲਾ ਹੋਵਾਂ, ਠੀਕ ਹੋ ਗਿਆ। ਖਾਣ ਤੋਂ ਬਾਅਦ ਮੈਂ ਜਿਸ ਵੇਲੇ ਵੇਖਿਆ ਕਿ ਹੁਣ ਤਾਂ ਪੇੜ ਪੂਜਾ ਕਰ ਲਈ, ਹੁਣ ਕੰਮ ਦੂਜਾ ਕਰ ਲਈਏ, ਲਿਆਦਾ ਮੈਂ ਖਾਣ ਤੋਂ ਬਾਅਦ ਆਰਡਰ ਕਰਨ ਵਾਸਤੇ ਨਿਕਲਿਆ। ਮੈਂ ਆਖਿਆ ਹੁਣ ਕੋਈ ਆਰਡਰ ਲੱਭ ਲੈਣਾ ਚਾਹੀਦਾ, ਲਿਆਦਾ ਆਰਡਰ ਕਰਨ ਵਾਸਤੇ ਜਿਸ ਵੇਲੇ ਮੈਂ ਰੈਸਟੋਰੈਂਟ ਦੇ ਨੇੜੇ ਆਇਆ ਅਤੇ ਉਹਨਾਂ ਆਖਿਆ ਨਿਕਲ ਜਾ ਬੱਦਲ ਬਣੇ, ਤੂੰ ਕੀ ਇੱਥੇ ਲੈਣ ਆ ਗਿਆ। ਅਤੇ ਮੈਂ ਉਹਨਾਂ ਦੀ ਗੱਲ ਇਗਨੋਰ ਕਰਦਾ ਹੋਇਆ ਚੱਲਦਾ ਗਿਆ ਕਿ ਕਿਤੇ ਨਾ ਕਿਤੇ ਤਾਂ ਮੈਨੂੰ ਆਰਡਰ ਆ ਹੀ ਜਾਏਗਾ। ਲਿਆਦਾ ਇਸ ਤੋਂ ਬਾਅਦ ਜਿਸ ਵੇਲੇ ਮੈਂ ਅਸਮਾਨ ਵੱਲ ਨਜ਼ਰ ਮਾਰੀ ਅਤੇ ਬੱਦਲ ਜਿਹੜਾ ਉਹ ਮੈਨੂੰ ਖੁੱਦ ਕੇ ਪੈ ਗਿਆ ਕਿ ਬੰਦੇ ਦਾ ਪੁੱਤਰ ਬਣ ਘਰ ਜਾ, ਨਹੀਂ ਤਾਂ ਅਸਾਂ ਤੈਨੂੰ ਬੰਨੀ ਵੀ ਨਹੀਂ ਟੱਪਣ ਦੇਣੀ। ਮੈਂ ਉਹਨਾਂ ਦੀ ਗੱਲ ਇਗਨੋਰ ਕੀਤੀ, ਮੈਂ ਆਖਿਆ ਜੋ ਮਰਜ਼ੀ ਕਰ ਲਓ, ਮੈਂ ਅੱਜ ਆਰਡਰ ਕਰਕੇ ਜਾਤਾ। ਲਿਆਦਾ ਮੈਂ ਇਹਨੂੰ ਉਦੋਂ ਆਰਡਰ ਨੂੰ ਫੜਨ ਦੇ ਚੱਕਰਾਂ 'ਚ ਸਾਂ ਅਤੇ ਜਨਾਬ ਬੱਦਲ ਜਿਹੜਾ ਨਾ ਕਾਲਾ ਛਾ ਹੋ ਗਿਆ, ਸਵੇਰੇ 9 ਵਜੇ ਇੰਜ ਹੋ ਗਿਆ ਜਿਵੇਂ ਸ਼ਾਮ ਹੈ। ਲਿਆਦਾ ਬੱਦਲ ਦੇ ਮੈਂ ਤਰਲੇ ਕੀਤੇ, ਲੇਕਿਨ ਉਹਨੇ ਮੇਰੀ ਵੀ ਗੱਲ ਇਗਨੋਰ ਕਰ ਛੱਡੀ। ਉਹਨੇ ਆਖਿਆ ਨਾ ਮੇਰਾ ਪੁੱਤਰ, ਹੁਣ ਤੈਨੂੰ ਵੱਸ ਕੇ ਦੱਸਾਂ ਦੇ, ਉਹ ਸਾਹਮਣੇ ਵੱਡਾ ਬੁਰਜ ਇਹਨਾਂ ਦਾ ਸੀ WTC ਵਾਲਾ, ਉਹ ਬੱਦਲਾਂ 'ਚ ਇੰਜ ਰੁਕਿਆ ਪਿਆ ਸੀ ਜਿਵੇਂ ਲੁਕਣ ਮੀਟੀ ਖੇਡਣ ਲੱਗੇ ਹਨ, ਜਿਵੇਂ ਅਸੀਂ ਨਿੱਕੇ ਹੁੰਦਿਆਂ ਖੇਡਦੇ ਹੁੰਦੇ ਹਾਂ। ਉਹ ਲਿਆਦਾ ਬੱਦਲਾਂ 'ਚ ਲੁਕਿਆ ਪਿਆ ਸੀ ਅਤੇ ਜਿਹਨੇ ਉਹਨੂੰ ਲੱਭਣਾ ਸੀ ਉਹ ਉਹਨੂੰ ਲੱਭ ਨਹੀਂ ਸੀ ਰਿਹਾ। ਲਿਆਦਾ ਉਹਨਾਂ ਦੀ ਲੁਕਣ ਮੀਟੀ ਤੋਂ ਬਾਅਦ ਜਿਹੜਾ ਬੱਦਲ ਹੈ ਉਹ ਥੋੜ੍ਹਾ ਥੋੜ੍ਹਾ ਵਸਣਾ ਸ਼ੁਰੂ ਹੋ ਗਿਆ ਅਤੇ ਮੈਂ ਆਖਿਆ ਕਿ ਦਹੀਂ ਹੁਣ ਲੁਕੀਏ, ਲੇਕਿਨ ਬੱਦਲ ਨੇ ਬੋਲ ਗਿਆ, ਆਖਿਆ ਨਾ ਮੇਰਾ ਪੁੱਤਰ ਹੁਣ ਨਹੀਂ। ਉਹਨੇ ਆਖਿਆ ਛੀਨਿਆ ਹੁਣ ਨਹੀਂ, ਹੁਣ ਤੈਨੂੰ ਜਿਹੜਾ ਨਾ ਪਏਗੇ ਉਹ ਘਰ ਗੱਲਾਂ ਦੇ। ਇਹ ਵੇਖ ਲਓ ਤੁਸੀਂ ਦਿਨ ਟਾਈਮ ਇੰਝ ਜਿਵੇਂ ਸ਼ਾਮ ਹੋਇਆ, ਇਹ ਦਿਨ ਦਾ ਟਾਈਮ ਸੀ ਅਤੇ 9 ਵਜੇ ਸਨ, ਲੇਕਿਨ ਬਾਰਿਸ਼ ਬਰਸਣਾ ਸ਼ੁਰੂ ਹੋ ਗਈ। ਮੈਂ ਫਿਰ ਨਿਕਲਣ ਦੀ ਕੋਸ਼ਿਸ਼ ਕਰਾਂ, ਲੇਕਿਨ ਬੱਦਲ ਆਖਣ ਨਾ ਨਾ ਹੁਣ ਨਹੀਂ, ਹੁਣ ਭੇਜ ਕੇ ਜਾਣਾ। ਆਹ ਬਈ ਵਿਚਾਰਾ ਨੱਸਦਾ ਆਇਆ ਅਤੇ ਇਹ ਜਿਹੜਾ ਸੀ ਨਾ ਫੁੱਲ ਭਿੱਜਿਆ ਪਿਆ ਸੀ, ਇਹਨੇ ਜਾ ਕੇ ਰੈਸਟੋਰੈਂਟ 'ਚ ਕੰਮ ਕਰਨਾ ਸੀ। ਮੈਂ ਆਖਿਆ ਲੈ ਤੂੰ ਅੱਜ ਸੋਹਣੀ ਜਿਹੀ ਛੁੱਟੀ ਕਰ। ਲਿਆਦਾ ਉਸ ਤੋਂ ਬਾਅਦ ਫਿਰ ਮੈਨੂੰ ਲੱਗਾ ਕਿ ਕੰਮ ਜਿਹੜਾ ਨਾ ਮੱਠਾ ਪਿਆ ਨਹੀਂ, ਉਹ ਤੇਜ਼ ਹੋ ਗਿਆ ਸੀ ਕੰਮ, ਕੰਮ ਇੰਝ ਤੇਜ਼ ਹੋ ਗਿਆ ਸੀ ਕਿ ਵਿੱਚ ਪੁਲਿਸ ਦੀਆਂ ਗੱਡੀਆਂ ਵੀ ਆ ਗਈਆਂ, ਵੀ ਨਿਕਲ ਜਾਓ ਪਰਾਂ ਸੜਕ 'ਤੇ ਕੋਈ ਵੀ ਰਾਈਡਰ ਨਾ ਆਵੇ ਨਹੀਂ ਤਾਂ ਪਿੰਡ ਛੱਡ ਤਾਂ, ਠੀਕ ਹੈ। ਅਤੇ ਮੈਂ ਜਿਹੜਾ ਲੁੱਕ ਕੇ ਵਹਿੰਦਾ ਪਿਆ ਹਾਂ, ਮੇਰੇ ਲੁੱਕਣ ਤੋਂ ਬਾਅਦ ਵੀ ਜਨਾਬ ਬੱਦਲ ਨੇ ਮੈਨੂੰ ਫੜ ਲਿਆ ਅਤੇ ਉਹਨੇ ਮੈਨੂੰ ਚੰਗਾ ਭੇਂ ਭੇਂ ਕੇ ਜਿਵੇਂ ਲਿੱਤਰ ਨਹੀਂ ਮਾਰੀ ਦਾ, ਇੰਝ ਮੈਨੂੰ ਬੱਦਲ ਨੇ ਪਿੰਡ ਛੱਡਿਆ। ਅਤੇ ਮੈਂ ਆਖਿਆ ਅੱਜ ਹੋਈ ਤਾਂ ਜਾਤੀ ਹੈ, ਲੇਕਿਨ ਬੱਦਲ ਨੇ ਮੈਨੂੰ ਪਹਿਲਾਂ ਕਲਾਮ ਕਰਕੇ ਦੱਸ ਛੱਡਿਆ ਸੀ ਵੀ ਨਿਕਲ ਜਾ ਨਹੀਂ ਤਾਂ ਤੈਨੂੰ ਪੇਛਣਾ। ਲਿਆਦਾ ਅੱਜ ਦਾ ਵਲੋਗ ਇੱਥੇ ਅਸੀਂ ਖਤਮ ਕਰਨੇ ਹਾਂ ਅਤੇ ਤੁਸੀਂ ਜਿਹੜਾ ਬਾਰਿਸ਼ ਇੰਜੋਏ ਕਰੋ।